ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਜਿਹੜਾ ਸਾਡਾ ਵਲੌਗ ਹੈ ਸਾਡੇ ਆਈ ਟੀ ਆਈ ਦੇ ਸਟਾਫ ਵੱਲੋਂ, ਅੱਜ ਜਾ ਰਹੇ ਹਾਂ ਜੀ ਅਸੀਂ ਗੌਰਮੈਂਟ ਆਈ ਟੀ ਆਈ ਫਰੀਦਕੋਟ ਵਾਲੇ ਜਿਹੜਾ ਕਲਚਰਲ ਐਂਡ ਦਾ ਸਪੋਰਟਸ ਦਾ ਫੰਕਸ਼ਨ ਹੋ ਰਿਹਾ ਚਾਂਦ ਪੈਲਸ ਫਰੀਦਕੋਟ, ਅਤੇ ਸਾਡੇ ਨਾਲ ਨੇ ਸਰਦਾਰ ਕਮਲਜੀਤ ਸਿੰਘ ਜੀ, ਸਰਦਾਰ ਅਵਤਾਰ ਸਿੰਘ ਜੀ, ਅਤੇ ਹਰਜਿੰਦਰ ਸਿੰਘ ਜੀ, ਅਤੇ ਜੱਸਾ ਸਿੱਧੂ। ਸੋ ਬਾਕੀ ਦੀਆਂ ਜਿਹੜੀਆਂ ਗੱਲਾਂ ਬਾਤਾਂ ਇਹ ਤੁਹਾਡੇ ਨੂੰ। ਸਤਿ ਸ਼੍ਰੀ ਅਕਾਲ ਜੀ। ਅੱਜ ਜਿਹੜਾ ਗੌਰਮੈਂਟ ਆਈ ਟੀ ਆਈ ਫਰੀਦਕੋਟ ਜੋਨਲ ਦਾ ਜਿਹੜਾ ਪ੍ਰੋਗਰਾਮ ਉਹ ਹੋ ਰਿਹਾ, ਸੋ ਸਾਰੇ ਹੀ ਸਟਾਫ ਮੈਂਬਰ ਜਿਨ੍ਹਾਂ ਦੀਆਂ ਵੱਖ ਵੱਖ ਐਕਟੀਵਿਟੀਜ਼ ਜਿਵੇਂ ਗੇਮਸ ਹੋ ਗਈਆਂ ਜਾਂ ਸੱਭਿਆਚਾਰਕ ਪ੍ਰੋਗਰਾਮ ਦੇ ਵਿੱਚ ਜਿਹੜੇ ਪਾਰਟੀਸਪੇਟ ਕਰਾਉਣ ਜਾ ਰਹੇ ਬੱਚਿਆਂ ਨੂੰ, ਉਹ ਜਾ ਰਹੇ ਹਨ। ਸੋ ਇਹ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਯੂਥ ਨੂੰ ਆਪਣੇ ਕਲਚਰ ਨਾਲ ਔਰ ਖੇਡਾਂ ਨਾਲ ਜੋੜਿਆ ਜਾ ਰਿਹਾ, ਤਾਂ ਜੋ ਵਧੀਆ ਸਿਹਤ ਔਰ ਚੰਗਾ ਜਿਹੜਾ ਦਿਮਾਗ ਆ ਉਹ ਸਮਾਜ ਨੂੰ ਦਿੱਤਾ ਜਾ ਸਕੇ। ਸੋ ਇਹਦੇ ਵਿੱਚ ਸਾਡੇ ਜਿਹੜੇ ਗੁਰਦੀਪ ਸਿੰਘ ਜੀ, ਦੀਪ ਸਿੱਧੂ ਸਾਹਿਬ, ਇਹਨਾਂ ਦਾ ਬਹੁਤ ਵਧੀਆ ਯੋਗਦਾਨ ਹੈ। ਬੱਚਿਆਂ ਨੂੰ ਕਲਚਰ ਪ੍ਰੋਗਰਾਮ ਦੀ ਜਿਹੜੀ ਬੜੀ ਤਿਆਰੀ ਵਧੀਆ ਕਰਵਾਈ ਹੈ। ਸੋ ਮੈਡਮ ਸ਼ਿਲਪਾ ਜੀ, ਜਿਨ੍ਹਾਂ ਦੀ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਇਹ ਪ੍ਰੋਗਰਾਮ ਗੌਰਮੈਂਟ ਆਈ ਟੀ ਆਈ ਮੋਗਾ ਵੱਲੋਂ ਕਰਵਾ ਕੇ ਉੱਥੇ ਪੇਸ਼ ਕੀਤਾ ਜਾ ਰਿਹਾ, ਸੋ ਪਰਮਾਤਮਾ ਅੱਗੇ ਅਰਦਾਸ ਆ ਵੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਬੱਚਿਆਂ ਦੀ ਜਿਹੜੀ ਸਫਲਤਾ ਉਹ ਉਹਨਾਂ ਨੂੰ ਮਿਲੇ ਜੀ।
होटल दे बेले च चूरी खवा के ए मजियां चरानी किधर जा रही है, ए चढ़दी जवानी किधर जा रही है, ए हुस्नो दीवानी किधर जा रही है, ए हुस्नो दीवानी किधर जा ਬਣੂ ਉਹ ਕੀ ਬਣੂ ਉਹ
ਸਟੇਜ ਤੇ ਮੈਨੂੰ ਗਾਣਾ ਗਾਉਣਾ ਤਾਂ ਖਾਸ ਲਗਾ ਨਹੀਂ ਗਿਆ। ਚਲੋ ਤੁਹਾਡੀ ਕਮੈਂਟ ਤੇ ਮੈਂ ਹਿੰਦੀ ਗਾਣੇ ਦੇ ਮੈਂ ਦੋ ਚਾਰ ਲਾਈਨਾਂ ਤੁਹਾਡੇ ਪੇਸ਼ ਕਰਦਾ। Yeah।